ਇਸ ਵੇਲੇ ਦੀ ਅਹਿਮ ਖਬਰ ਰਾਮਪੁਰ ਆਫ ਫੂਲ ਤੋਂ ਹੈ ਜਿੱਥੇ ਕਿ ਅੱਜ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸਾਡਾ ਹੱਕ ਖੋ ਕੇ ਨਿੱਜੀ ਸ਼ੋਸ਼ਣ ਕਰ ਰਹੀ ਹੈ ਤੇ ਜਿਸ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ PCMSA ਵੱਲੋਂ ਹੜਤਾਲ ਕੀਤੀ ਗਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇਵੇਗੀ ਤਾਂ ਸਾਡਾ ਸੰਘਰਸ਼ ਹੋਰ ਵੀ ਤੇਜ਼ ਹੋਏਗਾ। ਸਾਡੀ PCMS ਵਾਲੇ ਡਾਕਟਰਾਂ ਦੀ ਇਹ ਹੜਤਾਲ ਇਸ ਕਰਕੇ ਹੈ ਕਿ ਸਾਡਾ 25% NPA ਨੂੰ ਮੁੱਢਲੀ ਤਨਖਾਹ ਦਾ ਹਿੱਸਾ ਜਾਰੀ ਰੱਖਣ ਸੰਬੰਧੀ ਹੈ। ਸਰਕਾਰ ਦੇ ਨਵੇਂ ਪੇ ਕਮਿਸ਼ਨ ਮੁਤਾਬਕ ਉਹਨਾਂ ਨੇ ਸਾਡਾ NPA ਬੇਸਿਕ ਪੇ ਦੇ ਵਿੱਚੋਂ ਮਰਜ ਨਹੀਂ ਕਰ ਰਹੀ। ਸਾਡੀਆਂ ਇਹੀ ਮੰਗਾਂ ਹਨ ਕਿ ਸਾਡੀ ਪਹਿਲਾਂ ਤੋਂ ਕੀਤੀ ਮੰਗ ਅਨੁਸਾਰ NPA 33% ਕੀਤਾ ਜਾਵੇ, NPA ਨੂੰ ਪਹਿਲਾਂ ਦੀ ਤਰ੍ਹਾਂ ਮੁੱਢਲੀ ਤਨਖਾਹ ਦਾ ਹਿੱਸਾ ਮੰਨਿਆ ਜਾਵੇ, NPA ਨੂੰ ਮੁੱਢਲੀ ਤਨਖਾਹ ਦਾ ਹਿੱਸਾ ਮੰਨਦੇ ਹੋਏ ਪੈਨਸ਼ਨ ਫਿਕਸ ਕੀਤੀ ਜਾਵੇ। ਇਹ ਮੰਗਾਂ ਸਾਡੀਆਂ ਇਸ ਸਟ੍ਰਾਈਕ ਦੇ ਵਿੱਚ ਹੈਗੀਆਂ। ਇਹ ਸਟੇਟ ਲੈਵਲ 'ਤੇ ਸਾਡਾ ਅੱਜ ਸਟ੍ਰਾਈਕ ਚੱਲ ਰਹੀ ਹੈ ਸਾਰੇ PCMS ਡਾਕਟਰਾਂ ਦੀ, ਅਤੇ ਸਾਨੂੰ ਉਮੀਦ ਹੈ ਕਿ ਸਰਕਾਰ ਸਾਡੀਆਂ ਮੰਗਾਂ ਮੰਨੂਗੀ ਅਤੇ ਸਾਨੂੰ ਤਾਂ ਕਿ ਅਸੀਂ ਵੱਧ ਤੋਂ ਵੱਧ ਕੋਵਿਡ ਦੇ ਵਿੱਚ ਅਤੇ ਬਾਕੀ ਕੰਮਾਂ ਦੇ ਵਿੱਚ ਯੋਗਦਾਨ ਪਾ ਸਕੀਏ। ਸਾਡਾ ਅੱਜ ਦਾ ਰੋਸ ਧਰਨਾ ਜੋ ਅਸੀਂ ਕਰ ਰਹੇ ਹਾਂ ਇਹ ਪੰਜਾਬ ਸਰਕਾਰ ਵੱਲੋਂ ਗਠਿਤ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਜਿਹੜੀਆਂ ਕਿ ਸਰਕਾਰੀ ਡਾਕਟਰਾਂ ਦੇ ਵਿਰੁੱਧ ਹਨ ਅਤੇ ਉਹਨਾਂ ਦਾ ਆਰਥਿਕ ਸ਼ੋਸ਼ਣ ਕਰਨ ਵਾਲੀਆਂ ਹਨ ਉਸ ਦੇ ਰੋਸ ਵਜੋਂ ਹੈ। ਅਸੀਂ ਡਾਕਟਰਾਂ ਨੇ ਜੋ ਕਿ ਸਰਕਾਰੀ ਹਸਪਤਾਲਾਂ ਵਿੱਚ ਤਾਇਨਾਤ ਹਨ ਪਹਿਲਾਂ ਵੀ ਹਮੇਸ਼ਾ ਅਤੇ ਇਸ ਕੋਵਿਡ ਦੀ ਲਹਿਰ ਦੇ ਦੌਰਾਨ ਵੀ ਆਪਣੀ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਪਰਿਵਾਰ ਦੇ ਜਿਹੜੀ ਲਾਈਫ ਆ ਉਸ ਨੂੰ ਵੀ ਰਿਸਕ 'ਤੇ ਰੱਖਦੇ ਹੋਏ ਅੱਗੇ ਵੱਧ ਚੜ੍ਹ ਕੇ ਕੰਮ ਕੀਤਾ ਅਤੇ ਕੋਵਿਡ ਨੂੰ ਹਰਾਉਣ ਵਿੱਚ ਮਦਦ ਕੀਤੀ। ਇਸ ਦੇ ਇਵਜ ਵਜੋਂ ਸਾਨੂੰ ਉਮੀਦ ਸੀ ਕਿ ਸਰਕਾਰ ਸਾਨੂੰ ਕੋਈ ਸਪੈਸ਼ਲ ਇਨਸੈਂਟਿਵ ਦੇਵੇਗੀ, ਲੇਕਿਨ ਸਰਕਾਰ ਨੇ ਇਸ ਪੇ ਕਮਿਸ਼ਨ ਦੇ ਰਾਹੀਂ ਸਾਡਾ NPA ਪੱਤਾ ਘੱਟ ਕਰਕੇ ਅਤੇ ਸਾਨੂੰ ਆਰਥਿਕ ਸੱਟ ਮਾਰੀ ਹੈ। ਇਸ ਦੇ ਰੋਸ ਵਜੋਂ ਅਸੀਂ ਅੱਜ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਾਂ। ਇਹ ਧਰਨਾ ਪੱਧਰ ਪੂਰਾ ਸਟੇਟ ਪੱਧਰ 'ਤੇ ਕੀਤਾ ਜਾ ਰਿਹਾ ਹੈਗਾ ਅਤੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਇਸ ਰੋਸ ਧਰਨੇ ਨੂੰ ਅਗਲੇ ਲੈਵਲ 'ਤੇ ਲੈ ਕੇ ਜਾਇਆ ਜਾਏਗਾ। ਰਾਮਪੁਰਾ ਫੂਲ ਤੋਂ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।